ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅੱਜ ਦੇ ਮੁੱਦੇ ਲੈ ਕੇ ਮੁੜ ਹਾਜ਼ਰ ਹਾਂ, ਮੈਂ ਅਮਰਜੀਤ ਸਿੰਘ। ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਦਾ ਧਰਨਾ ਜਿਹੜਾ ਲਗਾਤਾਰ ਜਾਰੀ ਹੈ। ਜੇਕਰ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਜਾਂ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਜਿਹੜੀਆਂ ਆਪਣੀ ਮੰਗਾਂ ਨੂੰ ਲੈ ਕੇ ਉਹ ਲਗਾਤਾਰ ਡਟੇ ਹੋਏ ਨੇ। ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਲੇਟੈਸਟ MP ਰਮਨੀਤ ਸਿੰਘ ਬਿੱਟੂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਤੇ ਕਿਹਾ ਗਿਆ ਕਿ ਕਿਸਾਨ ਦੇ ਲੀਡਰਾਂ ਦੀ ਜਿਹੜੀ ਹੈ ਉਹ ਜਾਇਦਾਦਾਂ ਦੀ ਜਿਹੜੀ ਜਾਂਚ ਆ ਉਹ ਚੋਣਾਂ ਤੋਂ ਬਾਅਦ ਕੀਤੀ ਜਾਵੇਗੀ। ਇਸ ਸਾਰੇ ਮਸਲੇ ਨੂੰ ਲੈ ਕੇ ਕਿ ਕਿਸਾਨ ਹੁਣ ਜਾਂਚ ਕਰਵਾਉਣ ਲਈ ਤਿਆਰ ਨੇ, ਜਿਹੜੇ ਸਾਡੇ ਪੈਨਲਿਸਟ ਨੇ ਉਹ ਸਾਰੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨਗੇ। ਸਭ ਤੋਂ ਪਹਿਲਾਂ ਸਾਡੀ ਜੇਕਰ ਗੱਲ ਕੀਤੀ ਜਾਵੇ BJP ਤੋਂ KK ਜਨੇਜਾ ਜੀ, ਤਾਂ ਉਹ ਵੀ ਇਸ ਪੈਨਲਿਸਟ ਦੇ ਵਿੱਚ ਮੌਜੂਦ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਕਿਸਾਨ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਆਗੂ ਸਾਹਿਬਾਨ ਜਿਹੜਾ ਆਪਣੇ ਇਸ ਪ੍ਰਤੀ ਜਿਹੜਾ ਪੱਖ ਰੱਖਣਗੇ ਕਿ ਰਵਨੀਤ ਸਿੰਘ ਬਿੱਟੂ ਨੇ ਜੋ ਜਾਂਚ ਦੇ ਗੱਲ ਕਹੀ ਹੈ ਕਿ ਉਹ ਤਿਆਰ ਨੇ ਕਰਾਉਣ ਵਾਸਤੇ, ਤਾਂ ਭੁਪਿੰਦਰ ਸਿੰਘ ਮਸਿੰਗਣ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਤੋਂ ਸੰਦੀਪ ਬੰਧੂ ਜੀ, ਤਾਂ ਉਹ ਵੀ ਅੱਜ ਇਸ ਪੈਨਲਿਸਟ ਦੇ ਵਿੱਚ ਮੌਜੂਦ ਨੇ। ਸੰਦੀਪ ਬੰਧੂ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਨਮਸਕਾਰ, ਆਦਾਬ, ਸਲਾਮ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਆਵਾਂਗੇ ਜੀ ਕਿਸਾਨਾਂ ਕੋਲ ਹੀ। ਭੁਪਿੰਦਰ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਰਮਨੀਤ ਸਿੰਘ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ ਹੈ, ਤਾਂ ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਜਿਹੜੇ ਕਿਸਾਨ ਨੇ ਤਾਂ ਉਹਨਾਂ ਦੀ ਜਿਹੜੀ ਹੈ ਜਾਇਦਾਦਾਂ ਦੀ ਜਿਹੜੀ ਜਾਂਚ ਆ ਉਹ ਚੋਣਾਂ ਤੋਂ ਬਾਅਦ ਹੋਵੇਗੀ। ਕਿ ਹੁਣ ਕਿਸਾਨ ਜਿਹੜੇ ਨੇ ਉਹ ਜਾਂਚ ਕਰਾਉਣ ਲਈ ਤਿਆਰ ਨੇ? ਵੇਖੋ ਜੀ, ਪਹਿਲੀ ਗੱਲ ਤਾਂ ਇਹ ਪੰਜਾਬ ਤੋਂ ਭਗੌੜਾ ਹੈ, ਪੰਜਾਬ ਦੇ ਲੋਕਾਂ ਨੇ ਇਹਨੂੰ ਫਤਵਾ ਦਿੱਤਾ ਹੋਇਆ ਹੋਇਆ ਨੁਮਿੰਦਾ ਜੀ, ਠੀਕ ਹੈ ਜੀ। ਇਹਨੂੰ ਪੰਜਾਬ ਦੇ ਉੱਪਰ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਬਣਦਾ, ਪਰ ਇਹ ਫਿਰ ਵੀ ਸੈਲੀਬ੍ਰਿਟੀ ਲਈ ਕੋਈ ਐਵੇਂ ਬਿਆਨ ਦਿੰਦੇ ਆ, ਤਾਂ ਮੇਰੇ ਹਿਸਾਬ ਨਾਲ ਪੰਜਾਬ ਦੇ ਆਵਾਮ ਨੂੰ ਇਹਨਾਂ ਦਾ ਕੋਈ ਸੀਰੀਅਸ ਤੌਰ ਤੇ ਬਿਆਨ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹ ਨਕਾਰੇ ਵੀ ਲੋਕ ਹੈ ਜੀ। ਜੀ ਜਨੇਜਾ ਸਾਹਿਬ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਸਾਨ ਕਹਿੰਦੇ ਨਕਾਰੇ ਹੋਏ ਲੋਕ ਨੇ, ਕਹਿੰਦੇ ਪੰਜਾਬ ਦੇ ਵਿੱਚ ਹੁਣ ਇਹਨਾਂ ਦਾ ਕੋਈ ਰਸਤਾ ਨਹੀਂ ਹੈਗਾ, ਤਾਂ ਕਰਕੇ ਜਿਹੜਾ ਇਦਾਂ ਦੇ ਬਿਆਨ ਦਿੰਦੇ ਨੇ? ਦੇਖੋ, ਪਹਿਲਾਂ ਮੈਂ ਇਹ ਕਹਾਂਗਾ ਕਿ ਸਾਡਾ ਦੇਸ਼ ਕ੍ਰਿਸ਼ੀ ਪ੍ਰਧਾਨ ਦੇਸ਼ ਹੈ। ਜਿਹੜਾ ਕਿਸਾਨ ਹੈ ਉਹ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਬਿਲਕੁਲ, ਜੇ ਰੀੜ੍ਹ ਦੀ ਹੱਡੀ ਨਹੀਂ ਠੀਕ ਹੋਏਗੀ ਬੰਦਾ ਖੜ ਨਹੀਂ ਸਕਦਾ, ਸਾਡਾ ਦੇਸ਼ ਕਿਵੇਂ ਖੜੇਗਾ? ਤਾਂ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਕਿਸਾਨਾਂ ਦੇ ਪ੍ਰਤੀ ਕੰਮ ਕਰ ਰਹੀ ਹੈ। ਤੁਸੀਂ ਇਹ ਅੱਜ ਹਫ਼ਤਾ ਪਹਿਲੇ ਵੀ ਦੇਖਿਆ ਹੋਣਾ ਕਿ ਪ੍ਰਧਾਨ ਮੰਤਰੀ ਜੀ ਨੇ, ਨਰਿੰਦਰ ਮੋਦੀ ਜੀ ਨੇ ਕੁਛ ਸਕੀਮਾਂ ਹੁਣੇ ਲਾਂਚ ਕੀਤੀਆਂ, PM ਰਾਸ਼ਟਰੀ ਕਿਸਾਨ ਕ੍ਰਿਸ਼ੀ ਵਿਕਾਸ ਯੋਜਨਾ ਤੇ ਨੰਬਰ 2 ਤੇ ਹੈ PM ਕ੍ਰਿਸ਼ੀ ਉੱਨਤੀ ਯੋਜਨਾ। ਇਹਨਾਂ ਦੋਨਾਂ ਵਾਸਤੇ 1321 ਕਰੋੜ ਰੁਪਏ ਦਾ ਖਰਚਾ ਹੋਣਾ ਹੈ ਕਿਸਾਨਾਂ ਵਾਸਤੇ ਹੀ ਹੈ, ਕਿਉਂਕਿ ਕਿਸਾਨ ਸਾਡੇ ਭਰਾ ਨੇ। ਜੇ ਕਿਸਾਨ ਖੁਸ਼ਹਾਲ ਹੈ ਤਾਂ ਦੇਸ਼ ਖੁਸ਼ਹਾਲ। ਉਸ ਤੋਂ ਇਲਾਵਾ ਨੈਸ਼ਨਲ ਮਿਸ਼ਨ ਔਨ ਐਗਰੀਬਲ ਆਇਲ ਇੱਕ ਇਹ ਸਕੀਮ ਹੈ, ਇਹਦੇ ਵਿੱਚ 10,103 ਕਰੋੜ ਰੁਪਏ ਦਾ ਇਹਨਾਂ ਨੇ ਖਰਚਾ ਕਰਨਾ ਮੋਦੀ ਜੀ ਨੇ। ਤੇ ਕਿਸਾਨਾਂ ਨਾਲ ਸਾਡਾ ਤਾਂ ਕਿਸਾਨਾਂ ਨਾਲ ਲਫੜਾ ਹੈ ਹੀ ਨਹੀਂ, ਬਲਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਅਪੋਜੀਸ਼ਨ ਪਾਰਟੀਆਂ ਉਹ ਕਿਸਾਨਾਂ ਨੂੰ ਭੜਕਾ ਰਹੀ ਹੈ BJP ਦੇ ਖਿਲਾਫ਼। ਤਾਂ ਇਹ ਰਵਨੀਤ ਬਿੱਟੂ ਜੀ ਨੇ ਜੇ ਆਪਣਾ ਬਿਆਨ ਦਿੱਤਾ ਵੀ ਹੈ, ਜੇ ਕਿਸਾਨ ਸਹੀ ਨੇ, ਮੈਂ ਨਹੀਂ ਕਹਿੰਦਾ ਕਿਸਾਨ, ਕਿਸਾਨ ਦਾ ਦੇਖੋ ਖੂਨ ਪਸੀਨੇ ਦੀ ਕਮਾਈ ਕਰਕੇ ਕਿੰਨਾ ਕਮਾ ਲੇਗਾ, ਆਪਣਾ ਪੇਟ ਪਾਲਦਾ, ਪਰਿਵਾਰ ਪਾਲਦਾ। ਜੇ ਕੁਛ ਲੀਡਰ, ਲੀਡਰਾਂ ਦੀ ਗੱਲ ਕਰਾਂਗਾ, ਜਿਹੜੇ ਕਿਸਾਨਾਂ ਦੇ ਲੀਡਰ ਨੇ, ਜੇ ਉਹਨਾਂ ਨੇ ਕੋਈ ਐਸੀਆਂ ਪ੍ਰੋਪਰਟੀਆਂ ਬਣਾਈਆਂ ਉਹਨਾਂ ਨੂੰ ਕੀ ਦਿੱਕਤ ਹੈ? ਅੱਜ ਦੇਸ਼ ਦੇ ਵਿੱਚ ਮੰਤਰੀਆਂ ਦੇ, ਵਿਧਾਇਕਾਂ ਦੇ, MPਆਂ ਦੇ ਤੇ ਹੋਰ IAS ਅਫਸਰਾਂ ਦੇ, ਇਹਨਾਂ ਦੇ ਸਭ ਦੀਆਂ ਇੰਕੁਆਇਰੀ ਚੱਲ ਰਹੀ, ED ਇੰਕੁਆਇਰੀ ਚੱਲ ਰਹੀ ਹੈ, CBI ਇੰਕੁਆਇਰੀ ਚੱਲ ਰਹੀ ਹੈ। ਜੇ ਕੋਈ ਸਾਬਤ ਹੁੰਦਾ ਹੈ ਉਹ ਤਾਂ ਕੋਰਟ ਨੇ ਦੇਖਣਾ ਇਹਨਾਂ ਨੂੰ, ਮੈਨੂੰ ਲੱਗਦਾ ਕੋਈ ਹਰਜ ਨਹੀਂ ਹੈ। ਜੇ ਕੋਈ ਉਹਨਾਂ ਨੇ ਕਿਹਾ ਤੇ ਇੰਕੁਆਇਰੀਆਂ ਕਰਾ ਲੈਣੀਆਂ ਚਾਹੀਦੀਆਂ। ਬਿਲਕੁਲ, ਮੈਂ ਤਾਂ ਇਹੀ ਕਹਾਂਗਾ, ਬਾਕੀ ਕਿਸਾਨਾਂ ਨਾਲ ਸਾਡਾ ਤਾਂ ਕੋਈ ਲਫੜਾ ਹੈ ਹੀ ਨਹੀਂ। ਬਿਲਕੁਲ ਬਿਲਕੁਲ ਬੰਦੂ ਸਾਹਿਬ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਹਿੰਦੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਭੜਕਾਉਣ ਦਾ ਕੰਮ ਕਰਦੀ ਹੈ, ਜਿਸ ਤਰ੍ਹਾਂ ਜਨੇਜਾ ਸਾਹਿਬ ਨੇ ਵੀ ਕਿਹਾ, ਕਹਿੰਦੇ ਜਿਹੜੇ ਕੁਝ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਭੜਕਾ ਰਹੇ ਨੇ, ਕੀ ਲੱਗਦਾ ਕਿ ਤੁਸੀਂ ਵਾਕਈ ਨੂੰ ਭੜਕਾ ਰਹੇ ਹੋ? ਸਤੋ ਵੀਰ ਹੈ ਜਨੇਜਾ ਸਾਹਿਬ, ਔਰ ਨਾਲੇ ਮੇਰੇ ਵੀਰ ਬੈਠੇ ਆ ਭੁਪਿੰਦਰ ਜੀ, ਸਾਡੇ ਕਿਸਾਨ ਵੀਰ ਹੈ ਇਹ। ਮੈਂ ਜਨੇਜਾ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹਾਂਗਾ, ਕਿਹੜਾ ਬਿਆਨ ਆਇਆ ਭੜਕਾਉਣ ਦਾ, ਮੈਨੂੰ ਦੱਸੋਗੇ ਜੀ? BJP
ਦਾ ਕਲਚਰ ਹੈ, ਚਾਹੇ ਉਹ ਕੰਗਣਾ ਰਣੌਤ ਲੈ ਲਓ, ਪੁਨੀਤ ਬਿੱਟੂ ਨੂੰ ਲੈ ਲਓ, ਕੰਮ ਤਾਂ ਇਹ ਕਰਦੇ, ਇਹਨਾਂ ਨੇ ਕੰਮ ਕੀਤਾ ਕਿ ਕਿਸਾਨਾਂ ਦੀ ਆਪਾਂ ਜਾਇਦਾਦਾਂ ਦੀ ਜਾਂਚ ਕਰਾਂਗੇ। ਮੈਂ ਇੱਕ ਗੱਲ ਰਣੀਤ ਬਿੱਟੂ ਨਾਲ ਚਾਹਾਂ, ਜੇ ਕਿਸਾਨਾਂ ਦੀ ਜਾਇਦਾਦਾਂ ਦੀ ਜਾਂਚ ਕਰੋਗੇ ਫਿਰ 6000 ਉੱਥੇ ਤੁਸੀਂ ਕਲੀਅਰ ਕੀਤਾ ਹੋਇਆ ਕਿਸਾਨ ਗਰੀਬ ਹੈ, ਅਸੀਂ ਕਿਸਾਨਾਂ ਨੂੰ 6000 ਰੁਪਏ ਦੀ ਮਾਲੀ ਮਦਦ। ਰਣੀਤ ਬਿੱਟੂ ਬਿਆਨ ਦੇ ਰਿਹਾ ਕਿ ਅਸੀਂ ਕਿਸਾਨਾਂ ਦੀ ਜਾਇਦਾਦਾਂ ਦੀ ਜਾਂਚ ਕਰਾਂਗੇ, ਇੱਕ ਪਾਸੇ ਕਹਿੰਦੇ ਅਸੀਂ ਕਿਸਾਨਾਂ ਦੇ ਭਰਾ ਹੈ, ਪਰ ਸ਼ੰਭੂ ਬਾਰਡਰ ਕਿਉਂ ਬੰਦ ਕੀਤਾ ਹੋਇਆ? ਖੋਲੋ ਉਹਨੂੰ, ਜੇ ਤੁਹਾਡੇ ਭਰਾ ਡਰਦੇ ਕਿਉਂ, ਕਿਸਾਨ ਵੀਰ ਦਾ ਡਰਦੇ ਕਿਉਂ? ਅੱਜ ਤੱਕ ਬੀਜੇਪੀ ਨੇ ਮਾਫ਼ੀ ਨੀ ਮੰਗੀ, 740 ਸਾਡੇ ਕਿਸਾਨ ਵੀਰ ਸ਼ੰਭੂ ਸਿੰਘੂ ਬਾਰਡਰ ਤੇ ਸ਼ਹੀਦ ਹੋ ਗਏ, ਟਿੱਕਰੀ ਬਾਰਡਰ ਤੇ ਸ਼ਹੀਦ ਹੋ ਗਏ, ਅੱਜ ਤੱਕ ਬੀਜੇਪੀ ਨੇ ਉਹਦੀ ਇੱਕ ਵਾਰੀ ਵੀ ਮਾਫ਼ੀ ਨੀ ਮੰਗੀ, ਔਰ ਇੱਕ ਵੀ ਸਾਡੇ ਕਿਸਾਨ ਵੀਰ ਨੂੰ 1 ਰੁਪਿਆ ਵੀ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਕਿਸਾਨਾਂ ਦਾ ਅਨਾਇਆ ਉਗਾਇਆ ਹੋਇਆ ਅਨਾਜ ਬੀਜੇਪੀ ਕਹਿੰਦੀ ਅਸੀਂ 80 ਕਰੋੜ ਲੋਕਾਂ ਨੂੰ ਵੰਡਦੇ ਹਾਂ, ਤਾਂ ਫਿਰ ਦੇਸ਼ ਕਿਹੜੇ ਪਾਸੇ ਹੈ, ਕਿਹੜਾ ਵਿਕਸਿਤ ਦੇਸ਼ ਹੈ, ਕਿਹੜੇ ਪਾਸੇ ਦੇਸ਼ ਤਰੱਕੀ ਵੱਲ ਜਾ ਰਿਹਾ? ਬੀਜੇਪੀ ਕਿਸਾਨਾਂ ਨੂੰ ਅਨਾਜ ਵੰਡ ਕੇ 80 ਕਰੋੜ ਲੋਕਾਂ ਨੂੰ ਕੀ ਭੁੱਖਮਰੀ ਵੱਲ ਭੇਜ ਰਹੀ ਹੈ? ਲੋਕਾਂ ਨੂੰ ਸਾਡੇ ਦੇਸ਼ ਨੂੰ ਕੰਗਲਾ ਕਰ ਰਹੀ ਹੈ, ਲੋਕਾਂ ਨੂੰ ਭੁੱਖਮਰੀ ਵੱਲ ਲੈ ਕੇ ਜਾ ਰਹੀ ਹੈ? ਤਾਂ ਮੈਨੂੰ ਜਵਾਬ ਦੇਣ ਬੀਜੇਪੀ ਵਾਲੇ, ਇਹ ਕਿਸਾਨਾਂ ਦੇ ਵੈਰੀ ਹੈ, ਵਿਰੋਧੀ ਹੈ, ਕੀ ਹੈ ਇਹ? ਇੱਕ ਪਾਸੇ ਕਹਿੰਦੇ ਭਰਾ ਹੈ, ਫਿਰ ਕਿਉਂ ਨੀ ਸ਼ੰਭੂ ਬਾਰਡਰ ਖੋਲਦੇ? ਖੋਲੋ ਸ਼ੰਭੂ ਬਾਰਡਰ, 13 ਫਰਵਰੀ ਤੋਂ ਬੰਦ ਹੋਇਆ, ਅੱਜ ਘੱਟੋ ਘੱਟ 7-8 ਮਹੀਨੇ ਹੋ ਚੱਲੇ ਆ, ਕਿਉਂ ਨੀ ਖੋਲਦੇ ਇਹ? ਲੋਕਾਂ ਦਾ ਵਪਾਰ ਪ੍ਰਭਾਵਿਤ ਹੋ ਰਿਹਾ। ਇਸ ਵਾਰ ਦੀਵਾਲੀ ਦੇ ਉੱਤੇ ਜਿਹੜੀ ਚੀਜ਼ 80 ਰੁਪਏ ਦੀ ਵਿਕਦੀ ਸੀ 130 ਰੁਪਏ ਦੀ ਵਿਕੀ, ਕਿਉਂ ਨੀ ਵਿਕੇਗੀ? ਕਿਉਂਕਿ ਮੋਟਰ ਗੱਡੀਆਂ ਜਿਹਨਾਂ ਚ ਮਾਲ ਆਉਂਦਾ ਘੁੰਮ ਘੁੰਮ ਕੇ ਆ ਰਹੀਆਂ ਸੀ, ਤੇਲ ਜ਼ਿਆਦਾ ਫੁੱਕ ਰਿਹਾ ਸੀ, ਵਪਾਰੀਆਂ ਦਾ ਟਰਾਂਸਪੋਰਟਰਾਂ ਦਾ ਖਰਚਾ ਜ਼ਿਆਦਾ ਹੋਇਆ, ਇਸ ਲਈ ਕੌਣ ਜ਼ਿੰਮੇਦਾਰ ਹੈ ਇਸ ਮਹਿੰਗਾਈ ਲਈ? ਬੀਜੇਪੀ ਜ਼ਿੰਮੇਦਾਰ ਹੈ। ਕਹਿੰਦੇ ਸ਼ੰਭੂ ਬਾਰਡਰ ਬੰਦ ਪਿਆ, ਖਨੌਰੀ ਬਾਰਡਰ ਬੰਦ ਪਿਆ, ਵਪਾਰ ਬੰਦ ਹੋ ਗਿਆ। ਬੰਦੂ ਜੀ, ਜ਼ਿੰਮੇਵਾਰੀ ਆਮ ਆਦਮੀ ਪਾਰਟੀ ਲੈ ਲਵੇ, ਸ਼ੰਭੂ ਬਾਰਡਰ ਖੋਲ ਦਿੰਦੇ ਆ। ਮੈਂ ਕਿਸਾਨਾਂ ਦੀ ਗੱਲ ਨਹੀਂ ਕਰ ਰਿਹਾ, ਕੁਛ ਸ਼ਰਾਰਤੀ ਅਨਸਰ ਇਸ ਧਰਨੇ ਦੇ ਵਿੱਚ ਸ਼ਾਮਲ ਨੇ, ਮੈਂ ਪਹਿਲੇ ਵੀ ਕਹਿੰਦਾ ਹੁਣ ਵੀ ਕਹਿੰਦਾ, ਕੁਛ ਸ਼ਰਾਰਤੀ ਅਨਸਰ, ਜੇ ਉੱਥੇ ਕੋਈ ਹੰਗਾਮਾ ਹੁੰਦਾ ਜਾਂ ਕੋਈ ਖੂਨ ਖਰਾਬਾ ਹੁੰਦਾ, ਆਮ ਆਦਮੀ ਪਾਰਟੀ ਜ਼ਿੰਮੇਵਾਰੀ ਲੈ ਲਵੇ, ਖਲਵਾ ਦਿੰਦੇ ਆ। ਇਹ ਕੀ ਗੱਲਾਂ ਕਰਦੇ ਹੋ ਤੁਸੀਂ? ਮੈਂ ਕਹਿੰਦਾ ਸ਼ਰਾਰਤੀ ਅਨਸਰ ਸ਼ਾਮਲ ਹੈ ਵਿੱਚ। ਸ਼ਰਾਰਤੀ ਅਨਸਰ ਵੀ ਘੁਮਾ ਫਿਰਾ ਕੇ ਫਿਰ ਕਿਸਾਨਾਂ ਨੂੰ ਕਹਿ ਰਹੇ ਹੋ, ਕਿਸਾਨਾਂ ਨੇ ਹੀ ਸ਼ੰਭੂ ਬੰਦ ਕਰਿਆ, ਪਰ ਸੈਂਟਰ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਦੀ ਕਿਸਾਨ ਵੀ ਉਹ ਹੋ ਗਿਆ, ਪੰਜਾਬ ਦੀ ਲੇਬਰ ਵੀ ਖਤਮ ਹੋ ਗਈ, ਪੰਜਾਬ ਦਾ ਟਰਾਂਸਪੋਰਟ ਵੀ ਖਤਮ ਹੋ ਗਿਆ, ਪੰਜਾਬ ਦੀ ਇੰਡਸਟਰੀ ਬਿਲਕੁਲ ਖਤਮ ਹੋ ਗਈ। ਇਹ ਸੈਂਟਰ ਇੱਕ ਪਾਲਿਸੀ ਦੇ ਤਹਿਤ ਇਹ ਪੰਜਾਬ ਨੂੰ ਖਤਮ ਕਰ ਰਿਹਾ ਜੀ, ਪੰਜਾਬ ਦਾ ਵਪਾਰੀ ਮਰ ਰਿਹਾ, ਸਾਰਾ ਮਰ ਰਿਹਾ ਜੀ। ਤੁਹਾਡੇ ਸੈਂਟਰ ਦੇ ਵਿੱਚ ਤੁਸੀਂ ਸਾਰੇ ਦੇਸ਼ ਨੂੰ ਇੱਕ ਨਿਗਾਹ ਨਾਲ ਵੇਖੋ, ਪੂਰੇ ਦੇਸ਼ ਨੂੰ ਇੱਕ ਨਿਗਾਹ ਨਾਲ ਵੇਖ ਕੇ ਤੁਸੀਂ ਪੂਰੇ ਦੇਸ਼ ਦੇ ਇਸ ਟਾਈਮ ਤਾਜ਼ਾ ਬੀਜੇਪੀ, ਪੂਰੇ ਦੇਸ਼ ਨੂੰ ਇੱਕ ਨਾਲ ਵੇਖੋ, ਇੰਨਾ ਟਾਈਮ ਕਿਉਂ ਨੀ ਕਿਸਾਨਾਂ ਦੇ ਮੁੱਦੇ ਹੱਲ ਹੋ ਰਹੇ ਜੀ? ਕਿਸਾਨ ਕਿਹੜਾ ਕੋਈ ਗਲਤ ਚੀਜ਼ ਮੰਗ ਰਹੇ ਆ? MSP ਦਿਓ, ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਗੋ, ਪਰ ਤੁਸੀਂ ਕਿਸਾਨਾਂ ਨੂੰ ਕਦੀ ਦੀ ਅੱਗ ਲਾਉਂਦੇ ਆ, ਹਮੇਸ਼ਾ ਕਿਸਾਨਾਂ ਨੂੰ ਟਾਰਗੇਟ ਜਾਂ ਪੰਜਾਬ ਨੂੰ ਟਾਰਗੇਟ ਨਾ ਕਰੋ। ਪਿਛਲੇ ਦਿਨਾਂ ਚ ਸਰਕਾਰ ਨੇ 14 ਫਸਲਾਂ ਤੇ MSP ਦਿੱਤੀ ਸੀ, ਇਹਨਾਂ ਨੇ ਕਿਸਾਨਾਂ ਨੇ ਨਹੀਂ ਮੰਨੀ, ਜਾਂ ਕਿਸਾਨਾਂ ਨੂੰ ਮੰਨਣ ਨਹੀਂ ਦਿੱਤੀ। ਮੈਂ ਤਾਂ ਇਹ ਕਹਾਂਗਾ ਕਿਸਾਨਾਂ ਨੂੰ ਨਹੀਂ ਮੰਨਣ ਦਿੱਤੀ। ਕਿਉਂ ਨੀ ਮੰਨਣ ਦਿੱਤੀ? ਜਨੇਜਾ ਸਾਹਿਬ, MSP ਸਰਕਾਰ ਦੇ ਸਕਦੀ ਹੈ ਤੇ ਅੱਗੇ ਕਿਸਾਨ ਹੋਰ ਵੀ ਮੰਗ ਸਕਦੇ ਆ, ਸਰਕਾਰ ਦੇਗੀ ਕਿਉਂ ਨੀ ਦੇਗੀ? ਚਨੇਜਾ ਸਾਹਿਬ ਜੀ, ਜਿਹੜੀਆਂ ਫਸਲਾਂ ਤੇ MSP ਸਰਕਾਰ ਕਹਿੰਦੀ ਹੈ, ਉਹ ਫਸਲਾਂ ਨੂੰ ਕੋਈ ਖਰੀਦੇ ਤਾਂ ਸਹੀ, ਕਾਗਜ਼ੀ MSP ਆਪਾਂ ਦੇ ਰਹੇ ਹਾਂ, ਪਰ ਉਹਨਾਂ ਦੀ ਖਰੀਦ, ਮੱਕੀ ਦੀ ਖਰੀਦ ਕਿੱਥੇ ਹੋ ਰਹੀ ਹੈ ਜੀ? ਜੇ ਕਿਸਾਨ ਮੱਕੀ ਬੀਜਦਾ, ਮੱਕੀ ਨੂੰ ਕੋਈ ਪੁੱਛ ਹੀ ਨਹੀਂ ਰਿਹਾ। ਬੰਦੇ ਬੈਠੇ ਨੇ, ਪੰਜਾਬ ਸਰਕਾਰ ਨੇ ਰਿਊਮਰ ਫੈਲਾਇਆ ਕਿ ਉੱਥੇ FIC ਜਗ੍ਹਾ ਨੀ ਹੈ ਗੋਦਾਮਾਂ ਦੇ ਵਿੱਚ। 14 ਲੱਖ ਟਨ ਦੀ ਜਗ੍ਹਾ ਕਪੈਸਿਟੀ ਹੈਗੀ ਆ ਆਪਣੇ ਕੋਲ ਪੰਜਾਬ ਦੇ ਵਿੱਚ ਚਾਵਲਾਂ ਵਾਸਤੇ, 14 ਲੱਖ। ਉਹਨੂੰ 16 ਲੱਖ ਟਨ 1 ਨਵੰਬਰ ਜਾਂ 2 ਨਵੰਬਰ ਨੂੰ ਕੀਤਾ, ਉਸ ਤੋਂ ਬਾਅਦ 31 ਲੱਖ ਟਨ ਦੀ ਪ੍ਰੋਵੀਜ਼ਨ ਹੋਰ ਹੈ। 31 ਲੱਖ ਟਨ ਜਿਹੜਾ ਹੈਗਾ ਉਹ ਜਗ੍ਹਾ ਹੋਰ ਪ੍ਰੋਵਾਈਡ ਕਰਨੀ ਹੈ। ਉਹਨਾਂ ਨੇ ਪ੍ਰਾਈਵੇਟ ਐਂਟਰਪ੍ਰੀਨਰ ਗਰੰਟੀ ਇੱਕ ਸਕੀਮ ਹੈ, ਪ੍ਰਾਈਵੇਟ ਐਂਟਰਪ੍ਰੀਨਰ ਗਰੰਟੀ ਸਕੀਮ, ਪੈਗ। ਇਹ ਪੈਗ CM ਮਾਨ ਦਾ ਨਹੀਂ ਹੈਗਾ, ਇਹ ਪੈਗ ਭਾਜਪਾ ਦਾ ਪੈਗ। ਉਹ ਸਕੀਮ ਹੈਗੀ, ਉਹਦੇ 31 ਲੱਖ ਟਨ ਹੋਰ ਤੁਹਾਨੂੰ ਅੱਗੇ ਕਪੈਸਿਟੀ ਦੇਣੀ ਹੈ ਉਹਨਾਂ ਨੇ। ਸਰਕਾਰ ਤਾਂ ਕਰ ਰਹੀ ਹੈ ਕਿਸਾਨਾਂ ਵਾਸਤੇ,
ਬੰਦੂ ਸਾਹਿਬ ਬੰਦੂ ਸਾਹਿਬ ਤੁਸੀਂ ਕੀ ਕਹਿੰਦੇ ਹੋ? ਕਹਿੰਦੇ ਬੀਜੇਪੀ ਸਰਕਾਰ ਕਰ ਰਹੀ ਹੈ, ਆਮ ਆਦਮੀ ਪਾਰਟੀ ਕੰਮ ਨਹੀਂ ਕਰ ਰਹੀ। ਜਨੇਜਾ ਸਾਹਿਬ ਪੈਗ ਕੀ ਗੱਲ, ਖਾਲੀ ਭਗਵੰਤ ਮਾਨ ਇਹ ਕੋਈ ਅਧਿਕਾਰ ਨਹੀਂ ਹੈ? ਕੀ ਗੱਲ ਬੀਜੇਪੀ ਵਾਲੇ ਪੈਗ ਨਹੀਂ ਲਾਉਂਦੇ? ਕੀ ਗੱਲ ਬੀਜੇਪੀ ਵਾਲੇ ਹੋਰ ਪੁੱਠੇ ਕੰਮ ਨਹੀਂ ਕਰਦੇ? ਕਿਹੜੀਆਂ ਕਿਹੜੀਆਂ ਪੋਲਾਂ ਖੋਲਾਂ ਹੁਣ ਪੈ ਗਏ ਮੈਂ ਉਹਦੇ? ਕਿਹੜੇ ਕਿਹੜੇ ਪੁੱਠੇ ਕੰਮ ਕਰਦੇ, ਕਾਲੇ ਕਾਰਨਾਮੇ ਕਰਦੇ ਆ ਬੀਜੇਪੀ ਵਾਲੇ? ਤੁਸੀਂ ਕਿਸਾਨਾਂ ਦੀ ਗੱਲ ਕਰੋ, ਕਿਸਾਨਾਂ ਦੀ ਗੱਲ ਕਰੋ ਮਹਾਰਾਜ ਜੀ, ਕੀ ਕੀਤਾ ਤੁਸੀਂ ਕਿਸਾਨਾਂ ਲਈ? ਤੁਸੀਂ ਮੇਰਾ ਇੱਕ ਮਿੰਟ ਜਵਾਬ ਸੁਣ ਲਓ, ਪਹਿਲਾਂ ਜਵਾਬ ਸੁਣ ਲਓ ਤੁਸੀਂ ਮੈਂ ਵਿੱਚ ਨਹੀਂ ਬੋਲਿਆ, ਮੈਂ ਵਿੱਚ ਨਹੀਂ ਬੋਲਿਆ, ਮੈਂ ਬੋਲਣ ਨਹੀਂ ਦਾਂਗਾ। ਤੁਹਾਨੂੰ ਪਤਾ ਮੈਂ ਬੋਲਣ ਨਹੀਂ ਦਾਂਗਾ, ਪਹਿਲਾਂ ਸੁਣ ਲਓ ਜਵਾਬ। ਤੁਸੀਂ ਪੂਰੇ ਦੇਸ਼ ਤੋਂ, ਅਸੀਂ ਦੇਸ਼ ਤੋਂ ਅਲੱਗ ਆ, ਤੁਸੀਂ ਫਿਰ ਦੇਸ਼ ਦੀ ਏਕਤਾ ਦੀ ਇੱਕ ਮਿੰਟ ਭੁਪਿੰਦਰ ਵੀਰ ਜੀ ਜਵਾਬ ਦੇ ਲੈਣ ਦੋ, ਇਹਨਾਂ ਨੂੰ ਜਵਾਬ ਦੇ ਲੈਣ ਦੋ ਮੈਨੂੰ। ਇਹਨਾਂ ਨੇ ਪੂਰੇ ਦੇਸ਼ ਤੋਂ ਸਾਡੇ ਜੰਮੂ ਕਸ਼ਮੀਰ ਨੂੰ, ਜੰਮੂ ਕਸ਼ਮੀਰ ਚ ਅਸੀਂ ਚੋਣਾਂ ਕਰਾਤੀਆਂ, ਜੇ ਕਰਤਾ ਵੋ ਕਰਤਾ, ਤੁਸੀਂ ਕਿਉਂ ਸ਼ੰਭੂ ਬਾਰਡਰ ਬੰਦ ਕੀਤਾ ਹੋਇਆ? ਕਿਉਂ ਤੁਸੀਂ RSCC RCC ਦੇ ਵੱਡੇ ਵੱਡੇ ਹੋ, ਵੱਡੇ ਵੱਡੇ ਪੱਥਰ ਬਣਾ ਰੱਖੇ ਆ? ਕੀ ਗੱਲ ਬਈ, ਕੀ ਗੱਲ? ਪੰਜਾਬੀਆਂ ਦਾ ਕੋਈ ਅਧਿਕਾਰ ਨਹੀਂ ਹੈ? ਲੋਕਾਂ ਨੂੰ ਘੁੰਮ ਘੁੰਮ ਕੇ ਜਾਣਾ ਪੈ ਰਿਹਾ, ਕਿਸੇ ਨੂੰ ਕੁਰਸ਼ੇਤਰ ਜਾਣਾ ਹੁੰਦਾ, ਕੁਛ ਜਾਣਾ ਹੁੰਦਾ, ਸ਼ੰਭੂ ਬਾਰਡਰ ਤੁਸੀਂ ਬੰਦ ਕੀਤਾ ਹੋਇਆ, ਕਿਉਂ? ਕਿਹੜੇ ਡਰ ਹੈ ਕਿਸਾਨਾਂ ਦਾ? ਕਿਉਂ ਡਰ ਲੱਗਦਾ ਭਾਜਪਾ ਨੂੰ? ਮੈਨੂੰ ਇਹ ਦੱਸੋ ਨਾ, ਕਿਹੜੀ ਚੀਜ਼ ਦਾ ਡਰ ਹੈ? ਤੁਸੀਂ ਕਿਸਾਨਾਂ ਨੂੰ MSP ਦੇ ਰਹੇ ਹਾਂ, ਫਲਾਣਾ ਦੇ ਰਿਹਾ, ਟਿੰਕਾ ਦੇ ਰਿਹਾ, ਕੁਛ ਨੀ ਦੇ ਰਹੇ ਮਹਾਰਾਜ। ਮੈਂ ਇੱਕੋ ਗੱਲ ਕਹੀ ਆ, ਮਾਫੀ ਮੰਗੀ ਹੈ 740 ਕਿਸਾਨਾਂ ਦੀ। ਤੁਸੀਂ ਕਹਿੰਦੇ ਹੋ ਸਿਰਫ ਤੁਸੀਂ ਅਡਾਨੀ ਅੰਬਾਨੀ ਨੂੰ, ਮੈਂ ਕਲੀਅਰ ਕਹਿ ਰਿਹਾ, ਅਡਾਨੀ ਅੰਬਾਨੀ ਦੇ ਜਿਹੜੇ ਸ਼ੈਲਰ ਬਣਾਏ ਆ ਉਰੇ, ਉਹਨਾਂ ਨੂੰ ਫਾਇਦਾ ਚੱਕਣ ਲਈ ਝੋਨਾ ਨਹੀਂ ਚੱਕਣ ਦੇ ਰਹੇ ਤੁਸੀਂ। ਕਦੀ ਕਹਿੰਦੇ ਹੋ ਜਗ੍ਹਾ ਨਹੀਂ ਹੈ, ਕਦੀ ਕਹਿੰਦੇ ਮੋਇਸਚਰ ਹੈ, ਕਦੀ ਕਹਿੰਦੇ ਕੀ ਹੈ, ਕਦੀ ਤੁਸੀਂ ਪੈਸੇ ਨਹੀਂ ਦਿੰਦੇ। ਤੁਸੀਂ ਸਿਰਫ ਇਹ ਕਹਿੰਦੇ ਹੋ ਕਿਸਾਨ ਮਜਬੂਰ ਹੋ ਕੇ ਆਪਣਾ ਜਿਹੜਾ ਝੋਨਾ ਹੈ ਉਹ ਜਾ ਕੇ ਅਡਾਨੀ ਅੰਬਾਨੀ ਦੇ ਸ਼ੈਲਰਾਂ ਚ ਵੇਚੇ, ਨਾ ਕਿ ਸਰਕਾਰ ਨੂੰ ਚੱਕਣਾ ਪਏ। ਤੁਸੀਂ ਪੰਜਾਬ ਨਾਲ ਜਿਹੜਾ ਪੰਜਾਬ ਆ ਉਹ ਤਾਲੀਬਾਨ ਵਰਗਾ ਬਣ ਰਿਹਾ, ਕਹਿੰਦੇ ਜਿਹੜਾ ਕਿਸਾਨ ਨੇ ਉਹ ਤਾਲੀਬਾਨ ਫੈਲਾ ਰਹੇ ਨੇ, ਵੀ ਇਸ ਤਰ੍ਹਾਂ ਜਿਹੜਾ ਕੰਮ ਆ ਉਹ ਕਿਸਾਨਾਂ ਨੂੰ ਨਹੀਂ ਕਰਨੇ ਚਾਹੀਦੇ। ਜਿਹੜਾ ਛੋਟਾ ਕਿਸਾਨ ਹੈ ਉਹ ਤਾਂ ਕਹਿੰਦਾ ਕਿਸਾਨ, ਜਿਹੜਾ ਛੋਟਾ ਕਿਸਾਨ ਆ ਖੇਤਾਂ ਦੇ ਵਿੱਚ ਕੰਮ ਕਰਦਾ, ਵੱਡਾ ਕਿਸਾਨ ਜਿਹੜਾ ਕਹਿੰਦਾ ਵੱਡੇ ਨੋਟ ਛਾਪ ਰਿਹਾ। ਵੇਖੋ ਜੀ, ਕਿਸਾਨ ਪੰਜਾਬ ਦਾ ਅੰਨਦਾਤਾ ਹੈ, ਠੀਕ ਹੈ, ਪੂਰੇ ਦੇਸ਼ ਨੂੰ ਅੰਨ ਕਮਾ ਕੇ ਦਿੰਦਾ, ਠੀਕ ਹੈ ਜੀ। ਕਿਸਾਨ ਤੋਂ ਬਗੈਰ ਜੈ ਜਵਾਨ ਜੈ ਕਿਸਾਨ ਦਾ ਨਾਰਾ ਇਹ ਬਿਲਕੁਲ ਭੁੱਲ ਚੁੱਕੇ ਆ ਇਹਨਾਂ, ਇਹ ਦੋਵੇਂ ਮੈਨੂੰ ਤਾਂ ਬੀਜੇਪੀ ਵਾਲੇ ਪੂਰੇ ਦੇਸ਼ ਨਾਲ ਜੁਬਲਾ ਕਰ ਰਹੇ ਨੇ। ਇਧਰੋਂ ਭਗਵੰਤ ਮਾਨ ਦੀ ਸਰਕਾਰ ਕਹਿ ਰਹੀ ਸਾਨੂੰ ਸੈਂਟਰ, ਇਹਨਾਂ ਨੇ ਪਬਲਿਕ ਨੂੰ ਉਲਝਾਇਆ। ਦੇਖੋ ਅੱਜ ਨਾ ਕਿਸਾਨ ਨੂੰ DAP ਮਿਲ ਰਹੀ ਹੈ, ਨਾ ਕਿਸਾਨ ਦੀ ਫਸਲ ਚੁੱਕੀ ਜਾ ਰਹੀ ਹੈ, ਉਲਟਾ ਬਿੱਟੂ ਵਰਗੇ ਜਿਹੜੇ ਪੰਜਾਬ ਦੇ ਭਗੌੜੇ ਨੇ, ਜਿਹੜੇ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਭਜਾਇਆ ਪਿਆ, ਇਹ ਕੀ ਕਹਿ ਰਹੇ ਹੈ? ਇਹਨਾਂ ਦੇ ਐਲੀਗੇਸ਼ਨ ਲਾ ਰਹੇ ਨੇ, ਇਹਨਾਂ ਦਾ ਕੋਈ ਨੀ, ਇਹਨਾਂ ਨੇ ਕੰਮ ਪਬਲਿਕ ਵਾਸਤੇ ਕੁਛ ਨੀ ਕਰਨਾ, ਇਹਨਾਂ ਪੰਜਾਬ ਦਾ ਨਾਸ ਕਰਨਾ ਬੀਜੇਪੀ, ਇਹਨਾਂ ਨੇ ਆਮ ਆਦਮੀ ਪਾਰਟੀ ਨੇ ਔਰ ਸੈਂਟਰ ਬੀਜੇਪੀ ਨੇ ਤਾਂ ਦੇਸ਼ ਦਾ ਨਾਸ ਕਰ ਹੀ ਦਿੱਤਾ। ਦੇਸ਼ ਦਾ ਕਿਤੇ ਨਾ ਬੰਗਲਾਦੇਸ਼ ਵਾਲਾ ਹਾਲ ਹੋ ਜੀ। ਬਿਲਕੁਲ ਕਰਜਾਈ ਨੇ, ਲੋਕ ਦੁਖੀ ਨੇ, ਇੰਡਸਟਰੀਆਂ ਖਤਮ ਹੋਈ ਜਾਂਦੀਆਂ, ਤੁਸੀਂ ਕਾਗਜ਼ੀ ਦੇਈ ਜਾਂਦੇ ਹੋ। ਪੰਜਾਬ ਸਰਕਾਰ ਨੇ ਬੋਰਡ ਲਾ ਲਾ ਕੇ ਦਰਖਤ ਸਕਾ ਦਿੱਤੇ ਆ ਕਿ ਅਸੀਂ ਆਹ ਕਰਿਆ ਉਹ ਕਰਿਆ, ਉਹੀ ਕੰਮ ਬੀਜੇਪੀ ਵਾਲਿਆਂ ਦਾ। ਐਡ ਲੱਗ ਰਹੀ ਹੈ, ਕਹਿ ਰਿਹਾ ਕਿਹੜੀ MSP ਮਿਲ ਰਹੀ ਹੈ, ਕਿਸਾਨ ਤਾਂ ਦੁਖੀ ਹੈ, ਮਜ਼ਦੂਰ ਦੁਖੀ ਹੈ, ਛੋਟਾ ਵਪਾਰੀ ਦੁਖੀ ਹੈ, ਬੀਜੇਪੀ ਸੈਂਟਰ ਗੌਰਮੈਂਟ ਪਈ ਹੈ ਜੀ ਅਸੀਂ ਵੱਡੀ ਮਾਰਟ ਖੋਲ ਰਹੇ ਕਰ ਦਾਂਗੇ, ਇਹ ਅੰਬਾਨੀਆਂ ਡਾਂਡੀਆਂ ਨੂੰ ਛੱਡ ਕੇ ਆਮ ਜਨਤਾ ਨੂੰ ਸੰਭਾਲਣ, ਧਰਮ ਦੀ ਰਾਜਨੀਤੀ ਇਹ ਛੱਡਣ, ਮੰਦਰ ਬਣਾਉਣੇ, ਇਹ ਪਬਲਿਕ ਦਾ ਕੰਮ ਹੈ, ਸਰਕਾਰ ਦਾ ਕੰਮ ਹੈ, ਦੇਸ਼ ਨੂੰ ਅਸੀਂ ਚਲਾ ਦਿਓ, ਦੇਸ਼ ਨੂੰ ਰੁਜ਼ਗਾਰ ਦਿਓ, ਸਿਹਤ ਸੁਰੱਖਿਆ ਦਿਓ, ਐਜੂਕੇਸ਼ਨ ਦਿਓ। ਜਵਾਬ ਦਿਓ, ਕਿਹੜਾ ਮੁੱਖ ਮੰਤਰੀ ਕਿਸਾਨ ਵੀਰਾਂ ਨਾਲ ਜਦ ਸੈਂਟਰ ਸਰਕਾਰ ਦੇ ਮਿਨਿਸਟਰਾਂ ਦੀ ਮੀਟਿੰਗ ਹੋਈ, ਕਿਹੜਾ ਮੁੱਖ ਮੰਤਰੀ ਰਾਤ ਦੇ 3-3 ਵਜੇ ਤੱਕ ਬੈਠਿਆ? ਕਦੀ ਬਾਦਲ ਬੈਠਿਆ ਸੀ, ਕਦੀ ਕੈਪਟਨ ਅਮਰਿੰਦਰ ਸਿੰਘ ਬੈਠਿਆ ਸੀ, ਜਾਂ ਕਦੀ ਕੋਈ ਹੋਰ ਮੁੱਖ ਮੰਤਰੀ ਬੈਠਿਆ ਸੀ? ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਰਾਤ ਦੇ 3-3 ਵਜੇ ਤੱਕ ਮੀਟਿੰਗਾਂ 'ਚ ਬੈਠੇ ਰਹੇ। ਵੀਰ, ਕਿਹੜਾ ਬੰਦਾ ਕਿਸਾਨਾਂ ਦੀ ਬਾਹ ਫੜ ਰਿਹਾ? ਮੈਨੂੰ ਇਹ ਤਾਂ ਦੱਸੋ ਨਾ, ਕਸੂਰ ਸਾਰਾ ਮੋਦੀ ਦਾ, ਕਸੂਰ ਸਾਰਾ ਸੈਂਟਰ ਸਰਕਾਰ ਦਾ, ਉਹਨਾਂ ਨੇ ਅਡਾਨੀਆਂ ਬਾਨੀਆਂ ਨੂੰ ਫਾਇਦੇ ਕਰਨੇ ਨੇ, ਬਲੇਮ ਆਮ ਆਦਮੀ ਪਾਰਟੀ ਦਾ। ਆਮ ਆਦਮੀ ਪਾਰਟੀ ਦਾ ਤਾਂ ਪੈਸਾ ਨਹੀਂ ਦੇ ਰਹੇ, ਇਹ RDF ਦਾ ਪੈਸਾ ਨਹੀਂ ਦੇ ਰਹੇ, ਸਾਡੇ GST ਦਾ ਪੈਸਾ ਨਹੀਂ ਦੇ ਰਹੇ, ਇਹ ਤਾਂ ਗਰਕ ਚ ਪਾ ਰਹੇ ਨੇ ਪੰਜਾਬ ਨੂੰ ਭਾਜਪਾ ਵਾਲੇ ਕਿ ਲੋਕ ਮਜਬੂਰ ਹੋ ਕੇ ਸਾਨੂੰ ਵੋਟ ਪਾ। ਵੋਟ ਨਹੀਂ ਪੈਂਦੀ ਬੀਜੇਪੀ ਨੂੰ, ਪੰਜਾਬ ਚ ਕਦੀ ਨਾ ਵੋਟ ਪਈ ਸੀ, ਨਾ ਪਏਗੀ, ਨਾ ਆਉਣ ਵਾਲੇ ਸਮੇਂ ਚ ਵੀ ਪੈਣੀ ਹੈ, ਕਦੀ ਨੀ ਵੋਟ ਪੈਣੀ ਬੀਜੇਪੀ ਨੂੰ। ਬੀਜੇਪੀ ਭੁੱਲ ਜਾਏ, ਬੀਜੇਪੀ ਕੋਲ ਇੱਕੋ ਹੀ ਜੰਡਾ, ਹਿੰਦੂ ਮੁਸਲਮਾਨ ਪੰਜਾਬ ਕਰੋ, ਹਿੰਦੂ ਸਿੱਖ, ਬੀਜੇਪੀ ਦਾ ਏਜੰਡਾ ਰਿਹਾ ਹਮੇਸ਼ਾ। ਬੀਜੇਪੀ ਜਵਾਬ ਲੈ ਲਓ, ਦੋ ਮਿੰਟ ਲੈ ਲਓ, ਜਵਾਬ ਲੈ ਲਓ ਜੀ। ਹਾਂਜੀ ਜਨੇਜਾ ਜੀ,
आए आम आदमी पार्टी की गल कर रहे हो ना, ये पंजाब सरकार जी आयुष्मान योजना का 60% पैसा आंदा ना वह भी खा गई। वह प्राइवेट जो हॉस्पिटल है उन्होंने आयुष्मान योजना बंद करती, वह गरीब बंदा की पंजाब नाल कड़ी दुश्मनी है मोदी साहब की या भाजपा की, क्यों नहीं करते ਵੀ ਟਿਕਟ ਨਹੀਂ ਮਿਲੀ ਤੁਹਾਨੂੰ ਲੋਕ ਸਭਾ ਦੇ ਵਿੱਚ? 40% ਤੁਸੀਂ ਪਾਣਾ ਸੀ, ਉਹ 40% ਦੀ 60% ਵੀ ਖਾ ਗਏ। ਉਹ ਸਾਡਾ ਆਰਡੀਆਰ ਦਾ ਪੈਸਾ ਤਾਂ ਦੇ ਦਿਓ ਮਹਾਰਾਜ, 7-6 ਯੂਨਿਟ ਸਾਡੀ ਬਿਜਲੀ ਤੁਸੀਂ ਵੀ ਯੂਜ਼ ਕਰਦੇ ਹੋ। ਬੰਦੂ ਸਾਹਿਬ ਜੀ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਬਣੀ ਨੂੰ 3 ਸਾਲ ਹੋ ਗਏ ਆ। ਬੰਦੂ ਸਾਹਿਬ ਜੀ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਬਣੀ ਨੂੰ 3 ਸਾਲ ਹੋ ਗਏ ਆ। ਪਹਿਲੀ ਗੱਲ, ਤੁਸੀਂ ਕਿਹਾ ਸੀ ਬੇਅਦਬੀ ਦੇ ਦੋਸ਼ੀ ਫੜਾਂਗੇ, ਨਹੀਂ ਫੜੇ। ਨਸ਼ਾ ਬੰਦ ਕਰਾਂਗੇ, ਨਹੀਂ। ਜਿਹੜਾ ਬੀਬੀਆਂ ਨੂੰ ਤੁਸੀਂ ਪੈਸਾ 2-2 ਹਜ਼ਾਰ ਰੁਪਇਆ ਦੇਣਾ ਸੀ, ਉਹ ਕਿੱਥੇ ਆ? ਜਦੋਂ ਤੁਹਾਨੂੰ ਪਤਾ ਹੈ, ਜੋ ਇੱਕ ਮਿੰਟ ਬੰਦੂ ਸਾਹਿਬ, ਬੰਦੂ ਸਾਹਿਬ ਪਾਰਟੀ ਵੱਲੋਂ ਬਿਆਨ ਨਾ ਦਿਓ ਭੁਪਿੰਦਰ ਜੀ, ਕਿਸਾਨ ਵੀ ਪੋਲੀਟੀਕਲ ਹੋਵੇ ਨਹੀਂ। ਮੈਂ ਭੁਪਿੰਦਰ ਜੀ, ਆਪਾਂ ਕਿਸਾਨੀ ਮੁੱਦੇ ਤੇ ਗੱਲ ਕਰੀਏ, ਮੈਂ ਬੇਅਦਬੀ ਵਾਲਾ ਇਸ਼ੂ ਆਪਾਂ ਬਾਅਦ ਚ ਚੱਕਾਂਗੇ, ਪਹਿਲਾਂ ਕਿਸਾਨੀ ਦਾ ਮਸਲਾ। ਗੱਲ ਪੰਜਾਬ ਦੀ ਹੈ, ਗੱਲ ਜਨਤਾ ਦੀ ਹੈ। ਜਦੋਂ ਪੰਜਾਬ ਦੀ ਯੂਨੀਵਰਸਿਟੀ ਨੇ ਅਗੇਤੇ ਵੀ ਦੇ ਦਿੱਤੇ ਆ, ਪੰਜਾਬ ਸਰਕਾਰ ਨੇ ਉਹਨਾਂ ਨੂੰ ਚੱਕਣ ਦਾ ਪ੍ਰਬੰਧ ਕਿਉਂ ਨਹੀਂ ਕੀਤਾ? ਕਿਸਾਨ ਤਾਂ ਹਜੇ ਤੱਕ ਵੀ ਉੱਥੇ ਬੈਠੇ ਆ। ਇਹ ਚੀਜ਼ਾਂ ਪਹਿਲਾਂ ਪੰਜਾਬ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਸੀਗੀਆਂ। ਮੇਰੀ ਬੇਨਤੀ ਹੈ, ਜਿਹੜੀਆਂ ਚੀਜ਼ਾਂ ਬੀਜੇਪੀ ਨੇ ਕਰਨੀਆਂ ਉਹ ਬੀਜੇਪੀ ਨੇ ਕਰਨੀਆਂ, ਸੈਂਟਰ ਗੌਰਮੈਂਟ ਨੇ ਕਰਨੀਆਂ। ਜੋ ਸਰਕਾਰ ਪੰਜਾਬ ਨੇ ਕਰਨਾ ਉਹ ਪੰਜਾਬ ਸਰਕਾਰ ਨੇ ਕਰਨਾ ਭਾਜੀ। ਕੈਪਟਲ ਸੈਂਟਰ ਗੌਰਮੈਂਟ ਨੇ ਲਿਮਿਟ ਜਾਰੀ ਕਰ ਦਿੱਤੀ ਹੈ। ਪੰਜਾਬ ਗੌਰਮੈਂਟ ਅੱਜ ਕਹਿ ਰਹੀ ਹੈ ਵੀ ਸਾਡੇ ਕੋਲ ਸਪੇਸ ਨਹੀਂ ਹੈ ਜੀਡੀ ਲਾਉਣ ਨੂੰ। ਇਹ 2 ਮਹੀਨੇ ਪਹਿਲਾਂ ਕਿਉਂ ਨਹੀਂ ਕਿਹਾ ਗਿਆ? 4 ਮਹੀਨੇ ਪਹਿਲਾਂ ਉਹਨਾਂ ਨੂੰ ਪਤਾ ਵੀ ਜੀਡੀ ਅਗੇਤਰੀ ਆਉਣੀ ਹੈ, ਉਹਦੀ ਸਪੇਸ ਕਿਉਂ ਨਹੀਂ ਬਣਾਈ ਗਈ ਕਿਤਾਬਾਂ ਦੇ ਵਿੱਚ? ਸੈਂਟਰ ਦਾ ਵੀ ਲਿਮਿਟ ਜਾਰੀ ਕਰ ਚੁੱਕੀ ਹੈ। ਸੈਂਟਰ ਦੇ ਹੈ, ਟ੍ਰੇਨਾਂ ਇਹਨਾਂ ਵੀ ਹੈ, ਰਹਿ ਕਿਹਨਾਂ ਨੇ ਭਰਨੇ ਹੈ? ਅਸੀਂ ਤਾਂ ਭਰਨੇ ਨਹੀਂ। ਤੁਸੀਂ ਕੁਛ ਆਪ ਵੀ ਕੰਮ ਕਰ ਲਿਆ ਕਰੋ, ਸਾਰਾ ਸੈਂਟਰ ਤੇ ਹੀ ਪਾਉਂਦੇ ਰਹਿੰਦੇ ਹੋ। ਤਾਂ ਮੈਂ ਹੁਣ ਕਹਿ ਰਿਹਾ, ਆਯੁਸ਼ਮਾਨ ਲੋਕਾਂ ਦਾ, ਮਰੀਜ਼ਾਂ ਦਾ ਪੈਸਾ ਖਾ ਗਏ ਹੋ ਯਾਰ, ਮਰੀਜ਼ਾਂ ਦਾ ਪੈਸਾ ਖਾ ਗਏ ਹੋ। ਉਹਨੂੰ ਸਮਾਂ ਲੱਗੇਗਾ, ਕਮ ਸੇ ਕਮ 70 ਸਾਲ ਦਾ ਤਾਣਾ ਬਣਾ, 17 ਸਾਲ ਦਾ ਠੀਕ ਕਰਾਂਗੇ। 3 ਸਾਲ ਹੋ ਗਏ, 3 ਸਾਲ ਸਮਾਂ ਹੋ ਜਾਣਾ ਚਾਹੀਦਾ। 2 ਮਿੰਟ ਸਮਾਂ ਬਚਿਆ, ਜਾਂਦੇ ਜਾਂਦੇ ਬਾਰੀ ਭੁਪਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ? ਸਮਾਂ ਬੜਾ ਘੱਟ ਹੈ। ਬੰਦੂ ਸਾਹਿਬ ਜੀ 3 ਸਾਲ ਤੁਹਾਡੇ ਕੋਲ ਹੋ ਗਏ, ਹੋਰ ਕਿੰਨਾ ਸਮਾਂ ਲੱਗੇਗਾ? ਤੁਹਾਡੇ ਕੋਲ ਸਾਰੇ ਪੁਰਾਣੇ ਲੀਡਰ ਨੇ, ਕੋਈ ਕਾਂਗਰਸ ਦਾ, ਕੋਈ ਬਾਦਲਾਂ ਦਾ, ਕੋਈ ਬੀਜੇਪੀ ਦਾ, ਨਵਾਂ ਦਾ, ਤੁਸੀਂ ਆਮ ਆਦਮੀ ਦਾ ਕੋਈ ਬਣਾਇਆ ਨੀ MLA। ਮੈਨੂੰ ਦੱਸੋ ਆਮ ਆਦਮੀ ਕੌਣ ਹੈ? ਤੁਸੀਂ ਲੋਕਾਂ ਨੂੰ ਨਾ ਘੁਮਾਓ, ਪੰਜਾਬ ਨੂੰ ਗੁੰਮਰਾਹ ਨਾ ਕਰੋ ਜੀ। ਪੰਜਾਬ ਦੇ ਹਰੇਕ ਮੁੱਦੇ ਦੀ ਗੱਲ ਕਰਾਂਗਾ, ਮੈਂ ਪੰਜਾਬ ਦੇ ਕਿਸਾਨ ਦੀ ਗੱਲ ਕਰਾਂਗਾ, ਪੰਜਾਬ ਦੇ ਵਪਾਰੀ ਦੀ ਗੱਲ ਕਰਾਂਗਾ, ਪੰਜਾਬ ਦੇ ਨੌਜਵਾਨ ਦੀ ਗੱਲ ਕਰਾਂਗਾ। ਪੰਜਾਬ ਸਰਕਾਰ ਨੇ ਜਦੋਂ ਬੀਜੇਪੀ ਜਨੇਜਾ ਸਾਹਿਬ ਜਾਂਦੇ ਬਾਰੇ ਕੀ ਕਹਿਣਾ ਚਾਹੁੰਦੇ? ਸਮਾਂ ਬੜਾ ਘੱਟ ਹੈ, 2 ਮਿੰਟ ਬਸ। ਮੈਂ ਤਾਂ ਇਹ ਕਹਾਂਗਾ ਕਿ ਕਿਸਾਨ ਸਾਡੇ ਭਰਾ ਨੇ, ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਮੈਂ ਬਾਰ ਬਾਰ ਇਹੀ ਕਹਿ ਰਿਹਾ, ਸਾਡਾ ਕਿਸਾਨਾਂ ਨਾਲ ਕੋਈ ਝਗੜਾ ਨਹੀਂ, ਅਸੀਂ ਤਾਂ ਕਿਸਾਨ ਹੈ ਤੇ ਦੇਸ਼ ਹੈ। ਜੇ ਰਵਨੀਤ ਬਿੱਟੂ ਜੀ ਨੇ ਕੋਈ ਬਿਆਨ ਦਿੱਤਾ ਹੈ ਤਾਂ ਉਹਦੀ ਇੰਕੁਆਇਰੀ ਹੋਣ ਦਿਓ, ਜੇ ਸਾਫ਼ ਹੋਣਗੇ ਨਿਕਲ ਜਾਣਗੇ। ਮੈਂ ਤਾਂ ਇਹੀ ਕਹਾਂਗਾ। ਠੀਕ ਹੈ ਠੀਕ ਹੈ ਭੁਪਿੰਦਰ ਜੀ, 2 ਮਿੰਟ ਦਾ, 2 ਮਿੰਟ ਸਿਰਫ 2 ਮਿੰਟ ਦਾ ਸਮਾਂ। ਬਦਲਾਵ ਦੇ ਵਿੱਚ ਕਾਂਗਰਸ ਔਰ ਬਾਦਲਾਂ ਤੋਂ ਦੁਖੀ ਹੋ ਕੇ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਲਿਆਂਦੀ ਹੈ, ਇਹ ਉਹਨਾਂ ਤੋਂ ਵੱਧ ਫੇਲ ਹੈ। ਇਹਨਾਂ ਕੋਲ ਜੇ 2 ਸਾਲ ਹੈ, 2 ਸਾਲਾਂ ਦੇ ਵਿੱਚ ਪੰਜਾਬ ਦੇ ਮੁੱਦੇ ਹੱਲ ਕਰਨ। ਦੇਖੋ ਤੁਸੀਂ ਪੰਜਾਬ ਦੇ ਨੁਮਾਇੰਦੇ ਹੋ, ਗੱਲ ਸੈਂਟਰ ਚ ਤੁਸੀਂ ਕਰਨੀ ਹੈ, ਅਸੀਂ ਜਾ ਕੇ ਨਹੀਂ ਕਰਨੀ, ਜਾਂ ਲੋਕ ਨਹੀਂ ਕਰਨਗੇ। ਲੋਕ ਤੁਹਾਨੂੰ ਵੋਟ ਪਾ ਕੇ ਵਿਧਾਨ ਸਭਾ ਚ ਭੇਜ ਚੁੱਕੇ ਆ, ਪਾਰਲੀਮੈਂਟ ਚ ਭੇਜ ਚੁੱਕੇ ਆ। ਸਰਕਾਰ ਨੂੰ, ਪੰਜਾਬ ਸਰਕਾਰ ਨੇ ਗੱਲ ਕਰਨੀ ਹੈ। ਇਹ ਨਾ ਹੋਏ ਕਿ ਅਕਾਲੀਆਂ ਨਾਲੋਂ ਔਰ ਕਾਂਗਰਸ ਨਾਲੋਂ ਵੀ ਭੈੜਾ ਹਾਲ ਆਮ ਆਦਮੀ ਪਾਰਟੀ ਦਾ ਹੋਏਗਾ। ਠੀਕ ਹੈ ਠੀਕ ਹੈ ਬੰਦੂ ਸਾਹਿਬ, ਜਾਂਦੇ ਆਉਂਦੇ ਕੀ ਕਹਿਣਾ ਚਾਹੁੰਦੇ? 2 ਮਿੰਟ ਬਾਅਦ ਸਿਰਫ।
मैं तो एको गल कहंगा अमरजीत जी, भाजपा ना तो पंजाब का भला कर सकती है, ना कभी इन्हें किया ना ये करेगी। पंजाब का अगर कोई दुश्मन है तो भाजपा की सेंटर सरकार बैठी है। पंजाब का मैं पहले ये दसो ना इन्हें भला कड़ा किया, क्यों नहीं पंजाब का कर्जा माफ करते जो पंजाब नाल प्यार करना चाहते हैं? क्यों नहीं करते कर्जा माफ? है क्यों नहीं किसान वीर की बांह फटते? क्यों नहीं MSP देंगे? क्यों नहीं साडे मुद्दियां ते गल करते? ये दुबारो फिर उ कंगना रनौत जी का बयान आया ना कि तीन काले कानून ठीक से काले नहीं सी, तां सानू उन्हां वाली धक्क रहे ने, उन्हां वाली लैके जा रहे ने। पर पंजाब है चंगे चंगे दी गोटरियां लवांदे ने पंजाबी ने, और भाजपा की गोटरियां लवा के छड़नगे, इन्होंने पिछे नहीं हटना, पहला भी लवाइया ने हुण फिर लवानगे। मेरी यही बेनती है भाजपा वालियां नूं कि पंजाब दे किसानां दी बाह फड़ो। सो सारे पैनलिस्ट दा बहुत बहुत धन्यवाद, जनेजा जी तुहाडा वी धन्यवाद, भुपिंदर जी तुहाडा वी धन्यवाद, बंधु साहब तुहाडा वी धन्यवाद। सो बिल्कुल अगले एपीसोड दे विच किसी होर मुद्दे नूं लैके गलबात करांगे। मैनूं दिओ इजाजत, धन्यवाद। फॉर ऑल योर इमिग्रेशन फैमिली लॉ नीड्स, कॉल और स्कैन QR कोड टू कॉन्टेक्ट अस। रोडिस इंक मिलियन माइल्स विद स्माइल और स्कैन QR कोड टू कॉन्टेक्ट अस। Flangbird Truck Repair, trust we build in truck repair, or scan QR code to contact us. The Masala Twist, Oxnard Fine Authentic Indian Cuisine, or scan QR code to contact us. Pizza Twist, taste with twist, order today, call or visit website or scan QR code to contact us. New India Market, or scan QR code to contact us. Taba Indian Cuisine, Tracy Fine Authentic Indian Cuisine in Tracy, or scan QR code to contact us. Billa Market, scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love. Scan this QR code to contact us. Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.